ਬਿਨਾਂ ਦੁੱਖ ਭਾਵੇ। ਭਗਤ ਬਿਨਾਂ ਸਹਿਸਾ ਨਹਿ ਚੂਕੇ, ਗੌਰੀ ਹਪੀਦ ਬਤਾਵੇ। ਬਈ ਭਗਤੀ ਤੋਂ ਬਿਨਾਂ ਸਾਡੇ ਜਿਹੜੇ ਸਹਿਮ ਆ ਇਹ ਖਤਮ ਨਹੀਂ ਹੁੰਦੇ। ਇਹ ਭੇਦ ਸਾਨੂੰ ਫਿਰ ਗੁਰੂ ਪਾਸੋਂ ਆਉਂਦਾ ਹੈ ਕਿ ਅਸੀਂ ਭਗਤੀ ਜਿਹੜੀ ਹੈ ਭਗਤੀ ਕਿਵੇਂ ਕਰਨੀ ਹੈ, ਇਸ ਨੇ ਭਗਤੀ ਕਰਨੀ ਅਤੇ ਕਿਵੇਂ ਸਾਡੇ ਫਿਰ ਇਹ ਜਿਹੜੇ ਸੈਂਸੇ ਫਿਕਰ ਚਿੰਤਾਵਾਂ ਇਹ ਖਤਮ ਹੋਣ। ਹੁਣ ਬਾਕੀ ਆਪਾਂ ਜਿੰਨਾ ਵੀ ਸੰਸਾਰ ਦੇਖਦੇ ਹਾਂ ਇਹ ਸਭ ਸੈਂਸੇ ਫਿਕਰਾਂ ਦੇ ਵਿੱਚ ਹੀ ਚੱਲ ਰਿਹਾ। ਹੁਣ ਇਹਨਾਂ ਸੈਂਸੇ ਫਿਕਰਾਂ ਕਰਕੇ ਹੀ ਸਾਡਾ ਜਿਹੜਾ ਮਨ ਹੈ ਮੈਲਾ ਹੋ ਜਾਂਦਾ ਅਤੇ ਮੈਲ ਚੜ੍ਹ ਜਾਂਦੀ ਹੈ। ਜੋ ਮਾਰੇ ਫਰਮਾਉਂਦੇ ਸੈਂਸੇ ਜੀਉ ਮਲੀਨ ਹੈ, ਇਹ ਤਾਂ ਸੰਜਮ ਧੋਤਾ ਜਾਈ। ਹੁਣ ਅਸੀਂ ਕਿਹੜੇ ਸੰਜਮ ਕਿਹੜੀ ਸੁੱਚ ਵਰਤੀਏ ਵੀ ਜਿਹਦੇ ਨਾਲ ਸਾਡਾ ਮਨ ਹੈ ਜਿਹੜਾ ਮਨ ਸ਼ੁੱਧ ਹੋ ਜਾਵੇ। ਹੁਣ ਸਾਡੇ ਮਨ ਵਾਸਤੇ ਫਿਰ ਜਿਹੜਾ ਜਤ ਸਤ ਸੁੱਚ ਸੰਜਮ ਉਹ ਸਾਰਾ ਕੁਝ ਨਾਮ ਹੈ। ਮਹਾਰਾਜ ਫਰਮਾਉਂਦੇ ਨੇ ਜਤ ਸਤ ਸੰਜਮ ਹਰ ਨਾਮ ਬਿਨ ਨਾਮੇ ਨਿਰਮਲ ਨਾ ਹੋਈ। ਬਈ ਨਾਮ ਤੋਂ ਬਿਨਾਂ ਸਾਡਾ ਜਿਹੜਾ ਮਨ ਹੈ ਇਹ ਨਿਰਮਲ ਹੋ ਨਹੀਂ ਸਕਦਾ, ਇਹ ਸ਼ੁੱਧ ਨਹੀਂ ਹੋ ਸਕਦਾ ਹੈ। ਹੁਣ ਇਹ ਭੇਦ ਫਿਰ ਸਾਨੂੰ ਗੁਰੂ ਪਾਸੋਂ ਆਉਂਦਾ ਹੈ ਵੀ ਕਿਵੇਂ ਸਾਡਾ ਮਨ ਸ਼ੁੱਧ ਹੋਵੇ, ਕਿਵੇਂ ਅਸੀਂ ਭਗਤੀ ਕਰੀਏ। ਹੁਣ ਜਦ ਤੱਕ ਸਾਨੂੰ ਜੁਗਤੀ ਨਹੀਂ ਆਉਂਦੀ, ਤਰੀਕਾ ਨਹੀਂ ਆਉਂਦਾ, ਉਨਾ ਸਮਾਂ ਅਸੀਂ ਭਗਤੀ ਨਹੀਂ ਕਰ ਸਕਦੇ। ਆਪਦੀ ਮੱਤ ਦੁਆਰਾ ਜੀਵ ਕਿੰਨੇ ਵੀ ਸੁੱਚ ਸੰਜਮ ਰੱਖੀ ਚੱਲੇ, ਜਦ ਤੱਕ ਸਾਨੂੰ ਜੁਗਤ ਨਹੀਂ ਉਹਨਾਂ ਸਮਾਂ ਸਾਨੂੰ ਪ੍ਰੇਮਾ ਭਗਤੀ ਦਾ ਭੇਤ ਨਹੀਂ ਆਉਂਦਾ। ਅਸੀਂ ਚਾਹੇ ਜਿੰਨੇ ਮਰਜ਼ੀ ਜਪ ਤਪ ਕਰ ਲਈਏ ਆਪਦੀ ਮੱਤ ਦੁਆਰਾ। ਇਸ ਲਈ ਮਹਾਰਾਜ ਫਰਮਾਉਂਦੇ ਨੇ ਕਿਆ ਜਪ ਕਿਆ ਤਪ ਸੰਜਮ ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨ ਜਾਣੀਏ ਭਾਉ ਭਗਤ ਭਗਵਾਨ। ਵੀ ਜਦ ਤੱਕ ਸਾਨੂੰ ਜੁਗਤੀ ਨਹੀਂ, ਤਰੀਕਾ ਨਹੀਂ, ਉਹਨਾਂ ਸਮਾਂ ਸਾਨੂੰ ਭਗਤੀ ਦਾ ਭੇਦ ਨਹੀਂ ਆਉਂਦਾ ਹੈ। ਭਗਤੀ ਕੀ ਹੈ ਅਤੇ ਕਰਨੀ ਕਿਸ ਨੇ? ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਭਗਤੀ ਜੋ ਹੈ ਸਾਡੇ ਮਨ ਨੇ ਕਰਨੀ, ਅਤੇ ਭਗਤੀ ਸ਼ੁਰੂ ਹੀ ਨਾਮ ਤੋਂ ਹੁੰਦੀ ਹੈ। ਜੋ ਆਪਣੇ ਅੰਦਰ ਸਹਿਜ ਧੁਨ ਹੈ ਮਾਲਕ ਪਰਮਾਤਮਾ ਦੇ ਮੁੱਖ ਦੀ ਆਵਾਜ਼, ਜਿਸ ਨੂੰ ਮਹਾਰਾਜ ਕਹਿੰਦੇ ਤੇਰਾ ਮੁੱਖ ਸੁਹਾਵਾ ਜੀ ਉਹ ਸਹਿਜ ਧੁਨ ਬਾਣੀ, ਵੀ ਮਾਲਕ ਦੇ ਮੁੱਖ ਦੀ ਬਾਣੀ, ਉਹਨਾਂ ਦੇ ਮੁੱਖ ਦੇ ਵਿੱਚੋਂ ਉਚਾਰਨ ਹੋ ਰਿਹਾ ਸ਼ਬਦ। ਹੁਣ ਇਹ ਜਦੋਂ ਸਹਿਜ ਧੁਨ ਆਪਣੇ ਅੰਦਰ ਪ੍ਰਗਟ ਹੁੰਦੀ ਉਹਨੂੰ ਆਪਾਂ ਸੁਣਦੇ ਹਾਂ, ਉਦੋਂ ਕਹਿੰਦੇ ਨੇ ਵੀ ਇਹ ਭਗਤੀ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਪਰਮਾਉਂਦੇ ਨੇ ਗੁਰਮੁਖ ਭਗਤ ਜੇ ਤਾਂ ਸਹਿਜ ਧੁਨ ਉਪਜੇ ਬਿਨ ਭਗਤੀ ਮੈਲ ਨਾ ਜਾਏ। ਬਈ ਜਦ ਤੱਕ ਹੁਣ ਅਸੀਂ ਇਹ ਭਗਤੀ ਨਹੀਂ ਕਰਦੇ ਸਹਿਜ ਧੁਨ ਵਾਲੀ ਨਾਮ ਦੀ, ਉਹਨਾਂ ਸਮਾਂ ਸਾਡਾ ਜਿਹੜਾ ਮਨ ਹੈ ਸ਼ੁੱਧ ਨਹੀਂ ਹੁੰਦਾ, ਸਾਡਾ ਮਨ ਨਿਰਮਲ ਨਹੀਂ ਹੁੰਦਾ। ਹੁਣ ਆਪਾਂ ਨੂੰ ਫਿਰ ਮਹਾਰਾਜ ਸੱਚੇ ਪਾਤਸ਼ਾਹ
ਦੱਸਦੇ ਵੀ ਸਾਡੀ ਭਗਤੀ ਹੀ ਚੌਥੇ ਪਦ ਤੋਂ ਸ਼ੁਰੂ ਹੁੰਦੀ ਹੈ। ਹੁਣ ਜਿਹੜੇ ਜੀਵ ਨੂੰ ਚੌਥੇ ਪਦ ਦਾ ਗਿਆਨ ਨਹੀਂ, ਜਿਨ੍ਹਾਂ ਨੇ ਗੁਰੂ ਦੀ ਮੱਤ ਨਹੀਂ ਲਈ, ਉਹ ਜੀਵ ਫਿਰ ਇਹ ਸਰੀਰ ਨੂੰ ਕਸ਼ਟ ਦਿੰਦਾ ਹੈ। ਸਰੀਰ ਨੂੰ ਕਸ਼ਟ ਦੇਣ ਵਾਸਤੇ ਫਿਰ ਉਹ ਵੱਖੋ ਵੱਖਰੇ ਸਾਧਨ ਅਪਣਾਉਂਦਾ ਹੈ ਵੀ ਜਿੰਨਾ ਮੈਂ ਸਰੀਰ ਨੂੰ ਕਸ਼ਟ ਦੇਵਾਂਗਾ ਉਨਾ ਮੈਂ ਭਗਤੀ ਜ਼ਿਆਦਾ ਕਰਾਂਗਾ। ਹੁਣ ਆਪਾਂ ਨੂੰ ਸਮਝਾਉਂਦੇ ਵੀ ਭਗਤੀ ਜਿਹੜੀ ਹੈ ਇਹ ਸਰੀਰ ਨੇ ਨਹੀਂ, ਸਾਡੇ ਮਨ ਨੇ ਕਰਨੀ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਰੀਰ ਨੂੰ ਪਿੰਡ, ਖੇਤ, ਘਰ, ਧਰਤੀ ਕਹਿ ਕੇ ਪਾਸੇ ਕਰ ਦਿੱਤਾ। ਸਾਰੀ ਜਿਹੜੀ ਕਹਾਣੀ ਉਹ ਆਪਣੇ ਮਨ ਦੀ ਚੱਲਦੀ ਹੈ। ਜਿਹੜਾ ਮਨ ਸੂਖਮ ਹੈ, ਜੋਤ ਸਰੂਪ, ਪ੍ਰਕਾਸ਼ ਰੂਪ ਹੈ, ਜਿੰਨਾ ਵੀ ਉਪਦੇਸ਼ ਦਿੱਤਾ ਜਾ ਰਿਹਾ ਹੈ ਇਹ ਸਰੀਰ ਨੂੰ ਨਹੀਂ, ਸਾਡੇ ਮਨ ਨੂੰ ਦਿੱਤਾ ਜਾਂਦਾ ਹੈ। ਇਸ ਲਈ ਮਨ ਬਾਰੇ ਮਹਾਰਾਜ ਫਰਮਾਉਂਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਵੀ ਸਾਡਾ ਜੋ ਮਨ ਹੈ ਜੋਤ ਸਰੂਪ, ਪ੍ਰਕਾਸ਼ ਰੂਪ ਹੈ, ਅਤੇ ਜੋ ਆਪਣਾ ਮਾਤਾ ਪਿਤਾ ਵਾਹਿਗੁਰੂ ਉਹ ਵੀ ਜੋਤ ਸਰੂਪ, ਪ੍ਰਕਾਸ਼ ਰੂਪ ਹੈ। ਹੁਣ ਆਪਾਂ ਨੂੰ ਸਮਝਾਉਂਦੇ ਵੀ ਸਾਡਾ ਜਿਹੜਾ ਮਨ ਜੋਤ ਸਰੂਪ, ਪ੍ਰਕਾਸ਼ ਰੂਪ ਹੈ, ਉਹਨੂੰ ਸਾਰਾ ਇਹ ਉਪਦੇਸ਼ ਦਿੱਤਾ ਜਾ ਰਿਹਾ ਹੈ। ਮਨ ਨੂੰ ਸਮਝਾਉਂਦੇ ਵੀ ਹੁਣ ਤੈਨੂੰ ਮੌਕਾ ਮਿਲਿਆ, ਹੁਣ ਤੈਨੂੰ ਵਾਰੀ ਮਿਲੀ, ਹੁਣ ਤੂੰ ਆਪਣੇ ਆਪੇ ਦੀ ਪਹਿਚਾਣ ਕਰ ਲੈ, ਹੁਣ ਤੂੰ ਆਪਣੇ ਮੂਲ, ਆਪਣੇ ਮਾਤਾ ਪਿਤਾ ਦੀ ਪਹਿਚਾਣ ਕਰ ਲੈ। ਇਸ ਲਈ ਮਹਾਰਾਜ ਮਨ ਨੂੰ ਸਮਝਾਉਂਦੇ, ਸੁਣ ਮਨ, ਮਿੱਤਰ ਪਿਆਰਿਆ ਮੈਲ ਵੇਲਾ ਹੈ ਇਹ, ਬਈ ਹੁਣ ਤੇਰੇ ਕੋਲ ਵੇਲਾ ਹੈ, ਹੁਣ ਤੇਰੇ ਕੋਲ ਸਮਾਂ ਸਵਾਸਾਂ ਦਾ ਧਨ ਹੈਗਾ, ਹੁਣ ਤੂੰ ਪਰਮਾਤਮਾ ਨੂੰ ਮਿਲ ਸਕਦਾ, ਹੁਣ ਤੂੰ ਮਿਲ ਲੈ। ਹੁਣ ਜਦੋਂ ਮਨ ਫਿਰ ਸਾਡਾ ਪਿਆਰ ਨਾਲ ਨਹੀਂ ਸਮਝਦਾ, ਜਿਵੇਂ ਮਾਤਾ ਪਿਤਾ ਪਹਿਲਾਂ ਬੱਚੇ ਨੂੰ ਪਿਆਰ ਨਾਲ ਸਮਝਾਉਂਦੇ, ਜੇ ਉਹ ਪਿਆਰ ਦੇ ਨਾਲ ਨਹੀਂ ਮੰਨਦਾ ਫਿਰ ਉਹਨੂੰ ਝਿੜਕਦੇ ਨੇ, ਫਿਰ ਉਹਦੇ 'ਤੇ ਸਖਤੀ ਕਰਦੇ। ਇਸੇ ਤਰ੍ਹਾਂ ਹੀ ਗੁਰਬਾਣੀ ਗੁਰੂ ਸਾਨੂੰ ਪਿਆਰ ਨਾਲ ਸਮਝਾਉਂਦੇ ਪਹਿਲਾਂ ਵੀ, ਦੇਖੋ ਹੁਣ ਤੁਹਾਨੂੰ ਮੌਕਾ ਮਿਲਿਆ, ਹੁਣ ਤੁਸੀਂ ਪਰਮਾਤਮਾ ਨੂੰ ਮਿਲ ਸਕਦੇ ਹੋ। ਜੇ ਹੁਣ ਸਾਡਾ ਮਨ ਪਿਆਰ ਦੇ ਨਾਲ ਨਹੀਂ ਸਮਝਦਾ ਫਿਰ ਇਹਨੂੰ ਥੋੜ੍ਹੇ ਸਖਤ ਸ਼ਬਦ ਨੇ ਜਿਹੜੇ ਉਹ ਵੀ ਬੋਲਦੇ, ਅਤੇ ਬੋਲਦੇ ਦੇ ਭਲੇ ਵਾਸਤੇ, ਬਈ ਤਾਂ ਕਿ ਸਾਡਾ ਮਨ ਹੈ ਜਿਹੜਾ ਇਹਨੂੰ ਸਮਝ ਲੱਗ ਜੇ, ਇਹਨੂੰ ਭੇਜਦਾ ਜੀ। ਜਦੋਂ ਹੁਣ ਪਿਆਰ ਦੇ ਨਾਲ ਸਾਡਾ ਮਨ ਨਹੀਂ ਸਮਝਦਾ ਫਿਰ ਮਹਾਰਾਜ ਕਹਿੰਦੇ ਨੇ ਸੁਣ ਮਨ ਆਉਂਦੇ ਉੱਤੇ ਘੜਿਆਰ, ਫਿਰ ਮਨ ਨੂੰ ਇੱਦਾਂ ਦੇ ਵੀ ਸ਼ਬਦ ਕਹਿੰਦੇ ਨੇ ਬਈ ਤੂੰ ਸੁਣਦਾ ਕਿਉਂ ਨਹੀਂ, ਕਿਉਂ ਵੰਨਾ ਹੋਇਆ, ਕਿਉਂ ਅੰਧ ਗਿਆਨੀ ਹੋ ਗਈ ਹੈ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਸਾਡਾ ਮਨ ਪਿਆਰ ਨਾਲ ਸਮਝ ਜਾਵੇ ਤਾਂ ਚੰਗਾ, ਜੇ ਪਿਆਰ ਨਾਲ ਨਹੀਂ ਸਮਝਦਾ ਫਿਰ ਕਹਿੰਦੇ ਵੀ ਇਹਦੇ ਪਿਆਰ ਦੇ ਚਾਬਕ ਮਾਰੋ ਵੀ ਘਰੇ ਬੈਠ, ਜੇ ਫਿਰ ਵੀ ਇਹ ਨਹੀਂ ਸਮਝਦਾ ਫਿਰ ਇਹਨੂੰ ਕੁੱਟੋ ਮਨ ਨੂੰ, ਇੰਨਾ ਕੁੱਟੋ ਵੀ ਕੁੱਟ ਕੁੱਟ ਕੇ ਇਸ ਨੂੰ ਮਾਰੀ ਦੇ। ਮਹਾਰਾਜ ਕਹਿੰਦੇ ਨੇ ਕੁੱਟ ਕੁੱਟ ਮਨ ਕਸਵੱਟੀ ਲਾਇਆ,
ਬਈ ਜਦੋਂ ਹੁਣ ਅਸੀਂ ਮਨ ਨੂੰ ਕੁੱਟਾਂਗੇ ਫਿਰ ਇਹ ਘਰ ਜਾਏਗਾ, ਨਹੀਂ ਤਾਂ ਘਰ ਦੇ ਵਿੱਚ ਬਹਿੰਦਾ ਨਹੀਂ, ਜਾਂਦਾ ਨਹੀਂ ਹੈ। ਆਉਣੇ ਮਨ ਨੂੰ ਫਿਰ ਕਿਵੇਂ ਕੁੱਟਿਆ ਜਾਂਦਾ? ਇਹਨੂੰ ਕੁੱਟਿਆ ਜਾਂਦਾ ਸ਼ਬਦ ਦੁਆਰਾ, ਜੋ ਇਹ ਆਪਾਂ ਹੁਣ ਸਿਮਰਨ ਕਰਦੇ ਹਾਂ। ਜਿੰਨਾ ਆਪਾਂ ਸਿਮਰਨ ਵੱਧ ਤੋਂ ਵੱਧ ਕਰਾਂਗੇ, ਮਨ ਨੂੰ ਕੁੱਟਾਂਗੇ ਤਾਂ ਫਿਰ ਮਨ ਘਰ ਜਾਏਗਾ। ਇਸ ਲਈ ਮਹਾਰਾਜ ਕਹਿੰਦੇ, ਕੂਟਨ ਸੋਈ ਜੋ ਮਨ ਕੋ ਕੂਟੈ, ਮਨ ਕੋ ਕੂਟੈ ਤਾਂ ਜਮ ਤੇ ਛੂਟੇ। ਬਈ ਜੇ ਹੁਣ ਅਸੀਂ ਮਨ ਨੂੰ ਕੁੱਟ ਲਾਂਗੇ ਤਾਂ ਜਮਾਂ ਦੀ ਮਾਰ ਤੋਂ ਬਚ ਜਾਂਗੇ, ਜਮਾਂ ਦੇ ਦਾਇਰੇ 'ਚੋਂ ਬਾਹਰ ਨਿਕਲ ਜਾਂਗੇ। ਹੁਣ ਜੇ ਮਨ ਨੂੰ ਨਹੀਂ ਕੁੱਟਦੇ, ਮਨ ਸੁੱਤਾ ਰਹਿੰਦਾ ਗਾਫਲ ਹੋ ਕੇ, ਫਿਰ ਜਿਹੜੇ ਜਮ ਨੇ ਫਿਰ ਇਹਨੂੰ ਕੁੱਟਦੇ, ਜਮ ਆ ਕੇ ਜਦੋਂ ਇਹਨੂੰ ਲੈ ਕੇ ਜਾਂਦੇ ਇੱਥੋਂ ਸਰੀਰ ਦੇ ਵਿੱਚੋਂ ਕੱਢ ਕੇ, ਦਿੱਤਾ ਹੋਇਆ ਸਮਾਂ ਇਹਦਾ ਖਤਮ ਹੁੰਦਾ ਹੈ, ਫਿਰ ਇਹ ਪਛਤਾਉਂਦਾ ਹੈ, ਫਿਰ ਇਹਨੂੰ ਇੱਥੋਂ ਲੈ ਕੇ ਜਾਂਦੇ ਕੁੱਟਦੇ ਮਾਰਦੇ ਹੋਏ ਬੇਇੱਜ਼ਤ ਕਰਕੇ। ਸੋ ਇਸ ਵਾਸਤੇ ਹੁਣ ਆਪਾਂ ਨੂੰ ਕਹਿੰਦੇ ਬਈ ਜੇ ਹੁਣ ਆਪਾਂ ਆਪ ਹੀ ਕੁੱਟ ਲਈਏ ਮਨ ਨੂੰ, ਤਾਂ ਫਿਰ ਇਹਦਾ ਜਿਹੜਾ ਅੱਗੇ ਸਬਰ ਜਾਵੇ, ਫਿਰ ਇਹਨੂੰ ਲਾਹਾ ਵੀ ਹੋਵੇ, ਫਿਰ ਇਹਨੂੰ ਮਾਰਨਾ ਸਹਿਣੀ ਪਵੇ ਅੱਗੇ ਜਮਾਂ ਦੀ। ਹੁਣ ਉਹਦੇ ਵਾਸਤੇ ਇਹ ਫਿਰ ਆਪਾਂ ਸਿਮਰਨ ਕਰਦੇ ਹਾਂ ਮਨ ਨੂੰ ਕੁੱਟਦੇ। ਹੁਣ ਜਦੋਂ ਮਨ ਦੇ ਕੁੱਟ ਪੈਂਦੀ, ਮਨ ਹੈ ਜਿਹੜਾ ਇਹ ਭੱਜ ਕੇ ਸੁੰਨ ਦੇ ਵਿੱਚ ਜਾ ਵੜਦਾ ਹੈ। ਸੁੰਨ ਕਹਿੰਦੇ ਨੇ ਵੀ ਆਪਾਂ ਨੂੰ ਨੀਂਦ ਆ ਜਾਏਗੀ, ਜਦੋਂ ਕੁੱਟਾਂਗੇ ਤਾਂ ਭੱਜ ਕੇ ਸੁੰਨ 'ਚ ਜਾ ਕੇ ਵੜ ਜਾਏਗਾ, ਵੀ ਮੈਂ ਤਾਂ ਘਰ ਹੀ ਚਲੇ ਗਿਆ, ਮੈਂ ਤਾਂ ਹੁਣ ਕੋਈ ਵਿਚਾਰ ਲੈਂਦਾ ਹੀ ਨਹੀਂ, ਫੁਰਨਾ ਲੈਂਦਾ ਹੀ ਨਹੀਂ। ਹੁਣ ਮਹਾਰਾਜ ਫਿਰ ਸਾਨੂੰ ਇੱਥੇ ਸਮਝਾਉਂਦੇ